ਹੋ ਗਿਆ ਚਾਹ ਟਾਈਮ, ਚਾਹ ਪੀ ਲਓ ਆ ਜਾਓ। ਚਾਹ ਤੋਂ ਬਿਨਾਂ ਤਾਂ ਆਪਾਂ ਰਹਿੰਦੇ ਨਹੀਂ ਨਾ, ਜਿੰਨੀ ਮਰਜ਼ੀ ਗਰਮੀ ਹੋਵੇ। ਇਹ ਆ ਵੀ ਇਹ ਇਹਦੀ ਆਰ ਪਾਰ ਦੇਖਦਾ, ਅਤੇ ਜਦੋਂ ਆਪਾਂ ਤੇਲ ਪਾਉਣ ਡੇ ਹੋਈਏ ਤਾਂ ਸਾਨੂੰ ਪਤਾ ਲੱਗ ਜਾਂਦਾ। ਲੈ ਜਾਓ ਲੈ ਜਾਓ, ਅੱਗੇ ਵੀ ਬੂਟੇ ਬੂਟੇ ਬਚਾ ਕੇ, ਇੱਕ ਵੀ ਬੂਟਾ ਨਹੀਂ ਖਰਾਬ ਹੋਣਾ ਚਾਹੀਦਾ। ਹਾਂਜੀ, ਨਵੇਂ ਵਲੋਗ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ। ਅਤੇ ਸਵੇਰ ਦੇ ਵੱਜੇ ਆ ਸੱਤ, ਛੱਤ ਕਹਿੰਦੇ ਲੱਗਾ ਅਸੀਂ, ਅਤੇ ਟਰੈਕਟਰ 'ਤੇ ਲੱਗੇ ਹਾਂ ਪਾਉਣ ਤੇਲ। ਹੁਣੇ ਲੈ ਕੇ ਆਇਆ, ਵਲੋਗ ਸਟਾਰਟ ਬਾਅਦ 'ਚ ਕੀਤਾ। ਅਤੇ ਆਹ ਆਪਣਾ ਕੈਨ, ਇਹ ਆਪਣਾ ਟਰੈਕਟਰ, ਇਹ ਆਪਣੀ ਚਾਬੀ, ਇਹਦੇ ਵਿੱਚ ਲਾਉਂਦੇ ਹਾਂ, ਲੱਗ ਗਿਆ। ਚਲੋ ਹੁਣ ਲਿਆ ਕੇ ਆਈਏ ਕੀਪ। ਕੀਪ ਦਾ ਵੀ ਇੱਕ ਆਪਾਂ ਬਣਾਇਆ ਜੀ ਗਾਰਡ, ਵੈਸੇ ਤਾਂ ਲੋਹੇ ਵਾਲੀ ਵੀ ਹੈਗੀ ਹੈ, ਪਰ ਉਹਦੇ ਵਿੱਚ ਨਾ ਕੂੜਾ ਕਰਕਟ ਜਿਹਾ ਬੜਾ ਆ ਜਾਂਦਾ, ਅਤੇ ਮੈਂ ਬਣਾਇਆ ਕਾਜ ਗਾਰਡ ਪਲਾਸਕਟ ਦਾ। ਇਹ ਥੱਲੇ ਲਈ ਆਪਾਂ ਬੋਤਲ ਕਾਹਦੀ ਸੀ ਯਾਰ, ਉਹਦੀ ਕੋਈ ਵੀ ਲਾ ਲਓ, ਜਿਹੜੀ ਦਹਾਂ ਵੀਹਾਂ ਵਾਲੀ ਹੁੰਦੀ ਹੈ ਕੋਲਡ ਡਰਿੰਕ, ਅਤੇ ਉੱਪਰ ਮਚੈਟੀ ਵਾਲੀ, ਅਤੇ ਇਹ ਪੂਰਾ ਪਲਾਸਕਟ ਆ। ਇਹ ਸਫਾਈ ਇਹਦੀ ਜਲਦੀ ਹੋ ਜਾਂਦੀ ਹੈ, ਲੋਹੇ ਵਾਲੇ ਦੇ ਵਿੱਚ ਝੀਤ ਜੀ ਹੁੰਦੀ, ਉਹਦੇ ਵਿੱਚ ਕੂੜਾ ਕਰਕਟ ਅੜ ਜਾਂਦਾ, ਅਤੇ ਬੜਾ ਵਧੀਆ ਜਗਾੜ ਜਿਹਾ ਬਣ ਗਿਆ। ਇੱਥੇ ਮੈਂ ਲਾ ਕੇ ਇੱਕ ਦੂਜੇ ਗਰਮ ਕਰਕੇ ਅਤੇ ਫਿਕਸ ਜਿਹਾ ਕਰਤਾ, ਬਹੁਤ ਘੈਂਟ ਜਗਾੜ ਬਣਿਆ। ਆਉਂਦੇ ਹਾਂ ਤੇਲ, ਤੇਲ ਆਪਾਂ ਪਾ ਤਾ, ਫੈਲ ਹੋ ਗਿਆ ਖਾਲੀ। ਅਤੇ ਬਾਕੀ ਇਹਦੀ ਇੱਕ ਹੋਰ ਖਾਸੀਅਤ ਦਿਖਾਉਂਦਾ ਤੁਹਾਨੂੰ, ਇਹ ਆ ਵੀ ਇਹਦੀ ਆਰ ਪਾਰ ਦਿਖਦਾ, ਅਤੇ ਜਦੋਂ ਆਪਾਂ ਤੇਲ ਪਾਉਣ ਡੇ ਹੋਈਏ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਤੇਲ ਕਿਤੇ ਉਛਲਣ ਤਾਂ ਨਹੀਂ ਡਿਆ, ਅਤੇ ਉਸ ਹਿਸਾਬ ਨਾਲ ਆਪਾਂ ਵਧਾ ਘਟਾ ਲੈਂਦੇ ਤੇਲ। ਅਤੇ ਬਾਕੀ ਇਹ ਵੈਸੇ ਵੀ ਉੱਚਾ ਕੀਤਾ ਇਹਨੂੰ ਮੈਂ ਕਾਫੀ, ਦੇ ਜਿੰਨਾ ਮਰਜ਼ੀ ਪ੍ਰੈਸ਼ਰ ਨਾਲ ਤੇਲ ਆ ਜੇ ਆ ਵੀ ਚੀਜ਼ ਖੁੱਲੀ ਆ ਅਤੇ ਤੇਲ ਉਛਲਦਾ ਹੀ ਨਹੀਂ ਆ, ਅਤੇ ਬਾਈ ਚਾਂਸ ਹੋ ਵੀ ਜਾਵੇ ਕਿਤੇ ਵੈਸੇ ਹੀ ਦਿਖਦਾ ਹੈ ਜੀ। ਆਹ ਤਾਂ ਚਲੋ ਸਟਿੱਕਰ ਲੱਗਾ ਹੈ, ਲੱਥ ਜੂਗਾ, ਅਤੇ ਵਧੀਆ ਚੀਜ਼ ਬਣੀ ਜਗਾੜ। ਅਤੇ ਹੁਣ ਉਤਰਦੇ ਹਾਂ ਪੱਠੇ, ਰੇਡੀ ਕਰਤੀ ਬੈਗ, ਆਹ ਅੱਗੇ ਆ ਗਈ ਸਾਈਡ 'ਤੇ, ਪੱਠੇ ਲੰਬੇ ਆ, ਗਾਈਆਂ ਖਿੱਚ ਲੈਂਦੀਆਂ ਪੱਠਿਆਂ ਨੂੰ, ਤਾਂ ਥੋੜ੍ਹੀ ਤਰਸੀ ਲਾਉਣੀ ਪੈਂਦੀ ਆ। ਗੁੱਡਾ ਨਹੀਂ ਨਿਕਲ ਗਿਆ, ਦੋ ਤਿੰਨ ਵਾਰੀ ਮੈਂ ਉੱਤੇ ਚੜ੍ਹ ਗਿਆ, ਥੱਲੇ ਉੱਤਰ ਗਿਆ। ਹੁਣ ਵੀ ਨਹੀਂ ਨਿਕਲਦਾ ਕਿ ਨਹੀਂ, ਨਿਕਲ ਜਾ। ਗੁੱਲਾ ਕੱਢ ਕੇ ਜਿਹੜੀ ਆਪਾਂ ਚੱਕ ਲੈਣੀ ਆ, ਤਾਂ ਟਰੈਕਟਰ ਕਰ ਜੀਏ ਆਪਣੇ ਬੰਦ, ਟਰੈਕਟਰ ਕਰਤਾ ਬੰਦ, ਅਤੇ ਹੁਣ ਚੱਕ ਦਈਏ ਰੇਹੜੀ ਉੱਪਰ ਨੂੰ। ਚੱਲ ਵੀ ਚੱਕ, ਚੱਲ ਵੀ ਰੇਹੜੀ ਚੱਕਦੀ, ਰੇਹੜੀ ਕਰਤੀ ਆ ਖਾਲੀ, ਅਤੇ ਕੁਤਰ ਕੇ ਪੱਠੇ 'ਤੇ ਪਾ ਤੇ ਆਪਾਂ ਗਾਈਆਂ ਅੱਗੇ, ਅਤੇ ਗਾਈਆਂ ਵੀ ਖਾਣ ਡੀਆਂ, ਅਤੇ ਇੱਧਰ ਵੱਛੀਆਂ ਵੀ ਖਾਣ ਡੀਆਂ, ਅਤੇ ਬਿੰਦੂ ਡਿਆ ਵੱਢਣ ਪੱਠੇ, ਅਤੇ ਅੱਜ ਨਾਲੇ ਬੀਜਣੇ ਆ ਪੱਠੇ, ਅਤੇ ਫਿਰ ਦੇਖਦੇ ਹਾਂ ਕਿਹੜਾ ਬੀਜ ਲਿਆਉਂਦੇ ਹਾਂ ਉੱਥੋਂ। ਅਤੇ ਬਾਕੀ ਹੁਣ ਲੱਗੀ ਆ ਭੁੱਖ, ਅਤੇ ਖਾ ਲਈਏ ਰੋਟੀ, ਫਿਰ ਕਰਦੇ ਹਾਂ ਗੱਲਬਾਤ ਅੱਗੇ। ਬਿੰਦੂ ਪਤਾ ਨਹੀਂ ਕਿੱਥੇ ਗਿਆ ਜੀ, ਬਿੰਦੂ ਡਿਆ ਵੱਢਣ ਪੱਠੇ, ਉਹ ਸਾਹਮਣੇ ਉੱਧਰ, ਅਤੇ ਰੋਟੀ ਖਾਂਦੇ ਹੁਣ। ਨਿਆਣਿਆਂ ਨੂੰ ਵੀ ਐਤਵਾਰ ਦੀ ਛੁੱਟੀ ਆ, ਅਤੇ ਨਿਆਣੇ ਵੀ ਡੇ ਆਪਣੀ ਕਲਾਕਾਰੀ ਕਰਨ, ਇੰਨੇ ਪੈੱਨ ਆਪਣਾ ਬਣਾ ਲਿਆ ਵੱਖਰਾ ਹੀ,
ਬੜਾ ਸੋਹਣਾ ਬਣਾਇਆ ਸੀ ਹੈ ਨਾ ਗੁਰਜਬ, ਤੈਨੂੰ ਪਤਾ ਪਹਿਲਾਂ ਇੰਨਾ ਹੀ ਲਿਖਦੇ ਹੁੰਦੇ ਸੀ, ਕੀ ਬਣਾ ਤੇ ਲੱਗੀ ਆ ਨਾ, ਤੇ ਤੂੰ ਕੀ ਬਣਾਉਣ ਲੱਗੀ ਆ ਹੈਂ, ਦੱਸਦੇ ਓਏ ਇਹਨੇ ਭਾਲੂ ਬਣਾਤਾ ਜੀ ਓਏ ਬੜਾ ਵਧੀਆ ਬੱਲੇ ਕੁੜੀਏ ਗੁਰਜਪ, ਥੋੜੀ ਮਿੱਟੀ ਆ, ਮਿੱਟੀ ਆ ਸਾਰੀ ਵੇਖ ਕਿੰਨੀ ਮਿੱਟੀ ਆ, ਜੋ ਮਰਜ਼ੀ ਬਣਾਈ ਜਾਓ, ਆ ਗੁਰਜਪ ਦਾ ਮੈਨੂੰ ਪੈਨ ਹੀ ਬੜਾ ਵਧੀਆ ਲੱਗਾ ਤੇ ਇਹ ਉੱਤੇ ਇਹਨੇ ਲਪੇਟਿਆ ਵੀ ਉਹ ਕੁਝ ਯਾਰ, ਲੈ ਕੀ ਹੋਇਆ ਮੇਰੇ ਕੋਲ ਨਹੀਂ ਬਣਾ, ਇੱਥੋਂ ਪੈਨ ਲੈ ਲੈ ਕੋਈ ਹੋਰ, ਤੂੰ ਵੀ ਇਹਦੇ ਵਾਂਗੂ ਲੱਭ ਲਾ ਕੋਈ ਖੰਭ, ਹਾਂ ਦੱਸ ਵਧੀਆ ਆਓ ਜੀ ਗੁਰਜਪ ਦੀ ਕਲਾਕਾਰੀ ਲੈ ਲਓ ਜੀ, ਇਹਦਾ ਵੀ ਗਿਆ ਜੀ, ਲਿਆਓ ਰੋਟੀ ਫੜਾਓ, ਰੋਟੀ ਖਾਈਏ ਭੁੱਖ ਲੱਗੀ ਹੈ, ਚੱਲ ਫੱਟੇ ਚੱਲ ਚੱਲ, ਵੈਰੀ ਗੁੱਡ, ਭਜਾ ਇਹਨੂੰ ਤੇਜ਼ ਭਜਾ, ਹੋਰ ਭਜਾ ਦੇ, ਲੈ ਜਾ ਦਿੱਲੀ ਭਜਾ ਦੇ ਭਜਾ ਦੇ, ਦੋਸਤੋ ਫਿਰ ਆਪਾਂ ਰੋਟੀ ਤਾਂ ਖਾ ਲਈ ਆ, ਹੁਣ ਬਿੰਦੂ ਨੂੰ ਵੀ ਆਵਾਜ਼ ਮਾਰ ਦਿੰਦੇ ਹਾਂ ਵੀ ਉਹ ਵੀ ਰੋਟੀ ਖਾ ਲਏ, ਬਿੰਦੂ ਸਿਰਫ ਪੱਠੇ ਵੱਢਣ ਹੀ ਆਉਂਦਾ, ਬਾਕੀ ਕੰਮ ਆਪਾਂ ਆਪ ਹੀ ਕਰੀਦਾ, ਅਤੇ ਬਿੰਦੂ ਨੂੰ ਮਾਰ ਦਿੰਦੇ ਹਾਂ ਆਵਾਜ਼ ਵੀ ਆ ਜਾ ਰੋਟੀ ਖਾ ਲਾ ਭਾਈ, ਬਿੰਦੂ ਕਿੱਥੇ ਗਿਆ, ਬਿੰਦੂ ਆ ਜਾ ਰੋਟੀ ਖਾ ਲਾ, ਆ ਜਾ ਰੋਟੀ ਖਾ ਲਾ, ਕੌਣ ਹੈਂ, ਤੇ ਇੱਥੇ ਬੂਟੇ ਵੀ ਆ, ਮੇਰੀ ਗੱਲ ਸੁਣੋ, ਸਾਰੇ ਬੂਟੇ ਇੱਥੇ ਬੀਜੇ, ਇੱਥੇ ਬੂਟੇ ਲਾਏ ਸਾਰੇ ਹੀ, ਤੂੰ ਤਾਂ ਬੂਟੇ ਖਵਾਲ ਦੇਣੇ ਲੱਗਦਾ, ਇੱਕ ਮਿੰਟ ਰੁਕ ਜਾਓ, ਇੱਧਰ ਨਾ ਲਿਆਓ, ਇੱਧਰ ਨਾ ਰਹਿਣ ਦੇ, ਬਾਹਰ ਕੱਢ ਬਾਹਰ ਕੱਢ, ਇੱਥੇ ਸਾਰੇ ਬੂਟੇ ਲਾਏ ਆਵੇ, ਬਾਹਰ ਕੱਢ ਇਹਨਾਂ ਨੂੰ ਰਹਿਣ ਦੇ, ਕੱਢੋ ਬਾਹਰ, ਨਹੀਂ ਹਾਂ ਬੂਟੇ ਤੁਸੀਂ ਸਾਰੇ ਖਵਾਲ ਤੇ ਇਹਨਾਂ ਨੂੰ ਘਰ ਲੈ ਜਾਓ ਆਪਣੇ, ਕਿੱਥੇ ਲੱਗਾ ਬਾਕੀ ਆ ਸਾਰੇ ਭਾਂਤੇ ਬੂਟੇ, ਕਿਉਂ ਇੱਕ ਲੱਗਾ ਇੱਕ ਉਹ ਲੱਗਾ ਵਾ, ਇੱਕ ਆਵੇ ਇੱਥੇ ਲੱਗਾ ਸੀ ਇੱਕ ਭਾਂਤਾ, ਇਹਦੇ ਬੂਟਿਆਂ ਦੇ ਵੈਰੀ ਬਣੇ ਤੁਸੀਂ, ਇੱਕ ਤੁਸੀਂ ਨੀ ਕੁਝ ਵੀ ਕਰਨਾ, ਤੁਹਾਡੀਆਂ ਮੱਝਾਂ ਨੀ ਕਰਨਾ ਵਾ, ਇੱਧਰ ਲਿਆ ਇਹਨੂੰ ਲਿਆ ਬਾਹਰ ਕੱਢ, ਲਿਆ ਇਹਨੂੰ ਲੈ ਜਾਓ, ਤੇ ਬੂਟੇ ਬਚਾ ਕੇ ਕੱਢ ਦੇ ਬਾਹਰ, ਨਹੀਂ ਲੈ ਜਾ ਰਹਿਣ ਦੇ, ਕੋਈ ਨਹੀਂ ਮੈਨੂੰ ਖਿਆਲ ਨਹੀਂ ਸੀ ਪਹਿਲਾਂ ਬੂਟਿਆਂ ਦਾ, ਨਹੀਂ ਇਹ ਨਹੀਂ ਇਹ ਗੱਲ ਬਣਨੀ, ਸਾਰੇ ਬੰਨੇ ਲੱਗੇ ਆ, ਸਾਰੇ ਬੰਨੇ ਲੱਗੇ ਬੂਟੇ, ਸਾਰੇ ਬੰਨੇ ਲੱਗੇ ਆ ਮਨ ਮੇਰੀ ਬੂਟੇ, ਚੱਲ ਲੈ ਜਾ ਅੱਜ ਇੱਕ ਦਿਨ ਚ ਕੰਮ ਹੋ ਜਾਣਾ ਸਾਰੇ ਬੂਟਿਆਂ ਦਾ, ਆਓ ਵੇ ਨਹੀਂ ਨਾ, ਲੈ ਜਾਓ ਇਹਨਾਂ ਨੂੰ, ਲੈ ਜਾਓ ਲੈ ਜਾਓ ਅੱਗੇ ਵੀ ਬੂਟੇ ਬਚਾ ਕੇ, ਇੱਕ ਵੀ ਬੂਟਾ ਨਹੀਂ ਖਰਾਬ ਹੋਣਾ ਚਾਹੀਦਾ,
ਮਨਾ ਹੀ ਚਾਹੀਦੀ ਇਹਨਾਂ ਦੇ ਵੀ ਉੱਥੇ ਘਰ ਰੱਖ ਕੇ ਖਵਾਓ ਪੱਠੇ ਇਹਨਾਂ ਨੂੰ, ਵੱਢ ਕੇ ਲੈ ਜਾਓ ਦਾਤੀ, ਦਾਤੀ ਲਿਆਓ, ਪੰਡਾਂ ਲਿਆ ਲੈ ਜਾਓ ਭਰ ਕੇ, ਟਰੈਕਟਰ ਟਰਾਲੀਆਂ ਸਾਰੇ ਕੋਲ ਤੁਹਾਡੇ ਕੋਲ ਆ, ਤੁਸੀਂ ਬਸ ਇਹ ਕੰਮ ਕਰਨਾ ਨਹੀਂ, ਇਹਨਾਂ ਤੋਰੀ ਫਿਰਨਾ ਸਾਰੇ ਬੰਨੇ, ਲੈ ਜਾਓ ਲੈ ਜਾਓ ਆਹ ਸਾਰੇ ਬੂਟੇ ਵੇਖ। ਨਾਲੇ ਆਉਣੇ ਆਉਣ ਜਾਂਦੇ ਰਾਈਆਂ ਨੂੰ ਪਰੇਸ਼ਾਨੀ ਹੁੰਦੀ ਹੈ। ਵਧੀਆ ਵਧੀਆ ਚੜ੍ਹਦੀ ਕਲਾ ਲੈ ਜਾਓ ਲੈ ਜਾਓ। ਤਕਰੀਬਨ ਟਾਈਮ ਹੋ ਗਿਆ 12:15 ਦਾ, ਆਪਾਂ ਡੇ ਅਸੀਂ ਸਫਾਈ ਸਫੂਈ ਕਰਨ ਕੁਰਲੀਆਂ ਦੀ ਧੋਣ ਡੇ ਅਸੀਂ। ਆਹ ਦੇਖੋ ਅਤੇ ਸਾਫ ਸੁਥਰਾ ਕਰ ਲਈ ਦੀ ਆ, ਚਲੋ ਪਰ ਧੋਣ ਆ ਗਈਆਂ ਅਸੀਂ ਕੁਰਲੀਆਂ, ਧੋ ਧਾ ਕੇ ਅਤੇ ਫਿਰ ਇੱਕ ਆਹ ਲੋਕ ਟੁੱਟਾ ਇਹਨੂੰ ਕਰਾਂਗੇ ਫਿੱਟ, ਇਹ ਫਿਲਹਾਲ ਅੱਜ ਨਹੀਂ ਕਰਨਾ, ਇਹਨੂੰ ਕਰਾਂਗੇ ਕੱਲ੍ਹ ਨੂੰ ਸੈੱਟ। ਅੱਜ ਇੱਧਰ ਦੇ ਸਾਫ਼ ਸਫਾਈ ਦਾ ਹੀ ਕੰਮ ਕਰਨਾ। ਆ ਟੋਕੇ ਪਿੱਛੇ ਵੀ ਹੈਗੀ ਮਿੱਟੀ ਜਮ੍ਹਾਂ, ਟਰੈਕਟਰਾਂ ਟੂਕਰਾਂ ਦੇ ਨਾਲ ਆ ਕੇ ਚੁੱਕੜ ਚੁੱਕੜ ਗਿਆ, ਸਾਈਕਲ ਦੇ ਟਾਇਰਾਂ ਨਾਲ ਜੰਮੀ ਪਈ ਮਿੱਟੀ। ਪੁੱਟ ਲਓ ਪੁੱਟ ਲਓ। ਹੋ ਗਿਆ ਚਾਹ ਟਾਈਮ, ਚਾਹ ਪੀ ਲਓ ਆ ਜੋ, ਚਾਹ ਤੋਂ ਬਿਨਾਂ ਤਾਂ ਆਪਾਂ ਰਹਿੰਦੇ ਨਹੀਂ ਆਪਾਂ, ਜਿੰਨੀ ਮਰਜ਼ੀ ਗਰਮੀ ਹੋਵੇ। ਹਿੰਦੂ ਪੀਣ ਡਿਆ ਚਾਹ? ਹੂੰ ਨਾਲ ਦੀ ਨਾਲ ਹੀ ਆਪਾਂ ਕਰਤੀ ਯਾਰੀ ਸਫਾਈ। ਮਸ਼ੀਨ ਦੀ ਨਾਲੇ ਲਿਆਉਂਦੇ ਹਾਂ ਸਮਾਨ ਡੰਬਲ ਡੁੰਬਲ, ਅਤੇ ਦੇਖਦੇ ਹਾਂ ਖੜਿਆ ਕਰਦੇ ਹਾਂ ਕੋਸ਼ਿਸ਼, ਜ਼ੋਰ ਜ਼ੋਰ ਮਾਰਿਆ ਕਰਦੇ ਹਾਂ ਇੱਥੇ, ਨਾਲੇ ਫਾਰਮ ਸੰਭਾਲਾਂਗੇ ਅਤੇ ਨਾਲੇ ਇੱਥੇ ਜਿੰਮ ਮਾਰਾਂਗੇ, ਦੋਵੇਂ ਕੰਮ ਇਕੱਠੇ ਕਰਾਂਗੇ। ਲਓ ਜੀ ਕਰਤੀ ਸਫਾਈ, ਉਹ ਮਗਰ ਤੱਕ ਨਹੀਂ ਮਿਲਦੇ ਹਾਂ ਫਿਰ ਸ਼ਾਮਾਂ ਨੂੰ ਲੱਗੇ ਆਪਾਂ ਨਹਾਉਣ। ਫਿਰ ਤਕਰੀਬਨ 12:00 ਵੱਜ ਗਿਆ ਦੁਪਹਿਰ ਦਾ। ਲਓ ਜੀ ਨਹਾ ਕੇ ਹੋ ਗਏ ਆਪਾਂ ਰੈਡੀ, ਅਤੇ ਆਏ ਆ ਪ੍ਰਾਹੁਣੇ, ਅਤੇ ਆਪਾਂ ਹੁਣ ਮਿਲ ਲਈਏ ਉਹਨਾਂ ਨੂੰ। ਕਿਹੜੀ ਭੂਈ ਆਈ ਆ? ਲੈ ਹੁਣੇ ਆਖੰਡੀ ਭੂਈ ਆਈ, ਭੂਈ ਆਈ ਨਾ ਤਾਂ ਦੱਸ ਹੈ। ਹਾਂਜੀ ਕੰਮ ਕਾਰ ਸਾਂਭ ਕੇ ਹੁਣ ਮੈਂ ਚੱਲ ਪਿਆ ਸੀ ਨਾਗਿਆਣ ਸਾਹਿਬ ਨੂੰ, ਹੋ ਗਿਆ ਸੀ ਹਨੇਰਾ, ਤਕਰੀਬਨ 7:00 ਗਏ ਆ, ਮੋਬਾਇਲ ਦੇ ਵਿੱਚ ਹੀ ਰੋਸ਼ਨੀ ਲੱਗਣ ਡੀ ਆ, ਬਾਕੀ ਕੰਮ ਕਰਾਉਂਦੇ ਹਾਂ ਨਾਗਿਆਣ ਸਾਹਿਬ ਤੋਂ ਵੀ ਦੱਸੋ। ਸਾਹਿਬ
ਹਾਂਜੀ ਇਹ ਤਾਂ ਇਹ ਮੱਥਾ ਅਤੇ ਹੁਣ ਆ ਗਏ ਆਪਾਂ ਘਰ ਅਤੇ ਅੱਜ ਦੇ ਵਲੋਗ ਦਾ ਕਰਦੇ ਐਂਡ ਅਤੇ ਵਲੋਗ ਕਿਵੇਂ ਦਾ ਲੱਗਾ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਬਾਕੀ ਮਿਲਦੇ ਹਾਂ ਫਿਰ ਅਗਲੇ ਵਲੋਗ ਦੇ ਵਿੱਚ ਓਕੇ ਧੰਨਵਾਦ।